ਹੋ ਰਹੀਆਂ ਨੇ, ਕੀ ਮਾਹੌਲ ਲੱਗਦਾ ਤੁਹਾਨੂੰ? ਕੀ ਕੋਈ ਧੱਕੇਸ਼ਾਹੀ ਦੇ ਵੀ ਚਾਂਸ ਹੈਗੇ ਆ? ਪਹਿਲਾਂ ਵੀ ਕੱਲ੍ਹ ਵੀ ਹਿਆਲੀ ਸਾਹਿਬ ਨੇ ਕਿਹਾ ਵੀ ਸਾਡੇ ਕਾਂਗਰਸ ਵਰਤਣ ਚੁੱਕੀਆਂ ਨੇ ਕਾਂਗਰਸ ਪੁਰਸ਼ਤੋਂ ਦਾ। ਜਿੱਥੋਂ ਤੱਕ ਤਾਂ ਜੀ ਪਬਲਿਕ ਦਾ ਮਾਹੌਲ ਹੈ, ਉਹ ਤਾਂ 200% ਸਹੀ ਹੈ। ਲੋਕਾਂ ਨੂੰ ਸਾਰੀ ਚੀਜ਼ ਸਮਝ 'ਚ ਆ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ, ਜੋ ਇਸਨੇ ਪੰਜਾਬ ਦੇ ਕਿਸਾਨ ਮਜ਼ਦੂਰ ਛੋਟੇ ਮੁਲਾਜ਼ਮ ਦੁਕਾਨਦਾਰ ਵਾਸਤੇ ਕੀਤਾ ਅਤੇ ਜਾਂ ਜੋ ਡਿਵੈਲਪਮੈਂਟ ਕੀਤੀ ਹੈ, ਉਹਦਾ ਕੋਈ ਮੁਕਾਬਲਾ ਕਰ ਨਹੀਂ ਸਕਿਆ। ਕਾਂਗਰਸ ਕੋਈ ਨੇੜੇ ਤੇੜੇ ਵੀ ਹੈ ਨਹੀਂ। ਦੂਸਰਾ, ਕਾਂਗਰਸ ਨੇ ਜਿੰਨੇ ਝੂਠੇ ਵਾਅਦੇ ਕੀਤੇ ਸੀ ਗੁਰੂ ਦਾ ਨਾਂ ਲੈ ਕੇ, ਉਹ ਸਾਰੇ ਵਾਅਦਿਆਂ 'ਚੋਂ ਇੱਕ ਲਫ਼ਜ਼ ਵੀ ਪੂਰਾ ਨਹੀਂ ਕੀਤਾ। 161 ਵਾਅਦੇ ਕੀਤੇ ਸੀ, ਇੱਕ ਵੀ ਪੂਰਾ ਨਹੀਂ ਹੋਇਆ। ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸੰਗਤ ਸਮਝ ਚੁੱਕੀ ਹੈ ਕਿ ਝੂਠੇ ਸੀ, ਠੱਗੀ ਮਾਰੀ ਹੈ। ਅਤੇ ਦੁਬਾਰਾ ਲੋਕ ਚਾਹੁੰਦੇ ਨੇ ਕਿ ਸੰਗਤ 'ਚ ਕੇ ਸੰਗਤ ਦਾ ਹੀ ਜੋ ਸ਼੍ਰੋਮਣੀ ਅਕਾਲੀ ਦਲ ਹੈ, ਪਿੰਡਾਂ ਦੇ ਲੋਕਾਂ ਦੀ ਪੰਜਾਬੀਆਂ ਜਮਾਤ ਹੈ, ਵੀ ਉਸ ਜਮਾਤ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ। ਲੇਕਿਨ ਇਹ ਹੁਣ ਹਰ ਹਰਬਾ ਵਰਤ ਰਹੇ ਨੇ। ਤੁਸੀਂ ਕੱਲ੍ਹ ਹੀ ਲਾਈਵ ਹੋਇਆ ਸੁਣਿਆ ਏਲੀ ਜੀ ਦਾ ਕਿ ਪੁਲਿਸ ਪਰਚਾ ਗੁਰਦਾਸਪੁਰ 'ਚ ਦਰਜ ਹੈ, ਪੁਲਿਸ ਰੋਪੜ ਥਾਣੇ ਦੀ ਹੈ। ਕਿੱਥੇ ਰੋਪੜ, ਕਿੱਥੇ ਗੁਰਦਾਸਪੁਰ? ਗੁਰਦਾਸਪੁਰ ਵਾਲੇ ਦੇ ਸਾਨੂੰ ਪਰਚੇ ਦਾ ਪਤਾ ਹੀ ਕੋਈ ਨਹੀਂ। ਇਦੂ ਉੱਤੇ ਇੱਕ ਨਹੀਂ 10 ਥਾਣਿਆਂ 'ਚੋਂ ਪੁਲਿਸ ਆ ਗਈ ਹੈ। ਜਿਹੜਾ ਵਰਕਰ ਚੰਗਾ ਦੇਖਦੇ ਹੈ, ਜਿੱਥੋਂ ਆਇਆ ਉਹਦੇ 'ਤੇ ਪਰਚਾ ਦੂਜੇ ਥਾਂ 'ਤੇ ਦਰਜ ਕਰ ਦਿੰਦੇ ਹੈ। ਹੱਥ ਨਹੀਂ ਪਰਚਾ ਦਾ, ਅੱਜ ਤੋਂ ਇੱਕ ਹਫ਼ਤਾ ਪਹਿਲਾਂ ਕੋਈ ਪਰਚਾ ਨਹੀਂ ਸੀ, ਅੱਜ ਸਾਰਿਆਂ ਦੇ ਪਰਚੇ ਦਰਜ ਹੋ ਗਏ। ਇਦੂ ਉੱਤੇ ਗੁਨਾਹ ਕੋਈ ਕਰ ਨਹੀਂ ਸਕਦੀ ਪੁਲਿਸ। ਜਿਹੜੇ ਅਫਸਰ ਕਰਦੇ ਨੇ ਉਹਨਾਂ ਨੂੰ ਬਹੁਤ ਸੋਚਣਾ ਚਾਹੀਦਾ ਕਿ ਜਿਵੇਂ ਕੈਪਟਨ ਨੇ 2 ਸਾਲ ਕੋਈ ਇਨਕੁਆਰੀਆਂ ਕਰਕੇ ਅਤੇ ਕਰੀ ਜਾਂਦਾ, ਤਾਂ ਫਿਰ ਇਨਕੁਆਰੀਆਂ ਵੀ ਹੋਣਗੀਆਂ। ਕੈਪਟਨ ਦੇ ਤਾਂ ਸੀਗਾ ਗਲਤ ਕੰਮ, ਕਿਸੇ ਨੇ ਗਲਤੀ ਕੀਤੀ ਨਹੀਂ ਸੀ। ਜਿਹੜੇ ਗਲਤੀ ਕਰਨਗੇ ਤਾਂ ਫਿਰ ਭੁਗਤਣਗੇ। ਇਹਨਾਂ ਨੂੰ ਤਾਂ ਇਹਨਾਂ ਨੂੰ ਬੜਾ ਔਖਾ ਹੋਇਆ ਉਸ ਵੇਲੇ ਜਾਨ ਛਡਾਉਣੀ ਕੇਸਾਂ ਤੋਂ, ਕਾਨੂੰਨੀ ਤੋਂ। ਸੋ ਇਸ ਕਰਕੇ ਕਦੇ ਵੀ ਜੋ ਝੂਠਾ ਮੁਕੱਦਮਾ ਹੈ, ਲੋਕ ਰਾਜ ਹੈ, ਕਿਸੇ ਵੇਲੇ ਵੀ ਦੀ ਪੜਤਾਲ ਹੋ ਸਕਦੀ ਹੈ। ਇਹ ਸਭ ਲੋਕਾਂ ਨੂੰ ਇੱਕ ਸਿਰਫ ਆਪਦੀ ਚੰਦ ਦਿਨਾਂ ਦੀ ਵੀ ਨੌਕਰੀ ਅੱਛਾ ਥਾਣਾ ਮਿਲ ਜੇ, ਉਹਦੇ ਵਾਸਤੇ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ। ਲੇਕਿਨ ਇਹ ਕਿੰਨਾ ਵੀ ਯਤਨ ਕਰ ਲੈਣ, ਪੰਜਾਬ ਦੀ ਜਨਤਾ ਅੜ ਕੇ ਜਿਹੜਾ ਹੈ ਜ਼ੋਰ ਲਾ ਕੇ ਸੋ ਜਿੱਤੇਗੀ। 4 ਸੀਟਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਜਿੱਤੇਗੀ। ਕੱਲ੍ਹ ਰਾਣਾ ਸੋਢੀ ਨੂੰ ਗੱਡੀ 'ਚੋਂ ਲਾਤਾ, ਪਰਸੋਂ ਕੈਪਟਨ ਨੇ ਉਹਨੂੰ ਵੀ ਲਾਤਾ ਗੱਡੀ 'ਚੋਂ, ਆਪਣੇ ਰਾਜੇ ਵੜਿੰਗ ਨੂੰ ਵੀ ਗੱਡੀ 'ਚੋਂ ਲਾਤਾ, ਆਪਣੇ ਮੰਤਰੀ MLA ਨੂੰ ਗੱਡੀਆਂ 'ਚੋਂ ਲਾਈ ਜਾਂਦੇ, ਤੁਹਾਨੂੰ ਕੀ ਲੱਗਦਾ? ਇਹ ਤਾਂ ਤੁਸੀਂ ਅੰਦਾਜ਼ਾ ਆਪ ਦੇਖ ਲਓ ਕਿ ਇੱਕ ਅਫਸਰ ਹੈ, ਪੁਲਿਸ ਅਫਸਰ, ਉਹ ਲਾ ਰਿਹਾ ਸਾਰਿਆਂ ਨੂੰ, ਜਿਹੜੇ ਕਿ ਵਜ਼ੀਰ ਹਨਗੇ ਉਹਨਾਂ ਦੇ, ਅਤੇ ਪੁਲਿਸ ਅਫਸਰ ਦੀ ਕੀ ਤਾਕਤ ਹੈ ਜੇ ਇਸ਼ਾਰਾ ਮੁੱਖ ਮੰਤਰੀ ਦਾ ਨਾ ਹੋਵੇ? ਇਹਦਾ ਮਤਲਬ ਹੈ ਕਿ ਮੁੱਖ ਮੰਤਰੀ ਇਹਨਾਂ ਸਾਰਿਆਂ ਦੇ ਢਿੱਡੋਂ ਔਖਾ ਹੈ। ਜਾਂ ਤਾਂ ਕੋਈ ਗੁਨਾਹ ਕੀਤੇ ਹੋਣੇ ਨੇ ਇਹਨਾਂ ਨੇ, ਜਾਂ ਕੋਈ ਹੋਰ ਗਲਤੀ ਹੋਣੀ ਹੈ। ਜੇ ਬੰਦਾ ਸਾਫ਼ ਤਬੀਅਤ ਹੈ ਅਤੇ ਜੇ ਉਹਨੂੰ ਲਾਹ ਦਿੱਤਾ, ਤਾਂ ਉਹ ਕਹਿੰਦਾ ਅੱਛਾ ਜੀ ਆਹ ਚੱਕੋ, ਇਸ ਤੋਂ ਬਾਅਦ ਨਾ ਮੈਨੂੰ ਕੋਈ ਵਜ਼ੀਰੀ ਲੋੜ ਹੈ, ਮੈਂ ਠੀਕ ਹੈ ਚੁੱਪ ਕਰਕੇ ਪਾਰਟੀ ਦੀ ਸੇਵਾਦਾਰੀ ਕਰੂੰਗਾ, ਕਾਹਨੂੰ ਸਤਿ ਸ਼੍ਰੀ ਅਕਾਲ। ਅਤੇ ਬੰਦਾ ਫਿਰ ਅਣਖੜਾ ਤਾਂ ਚੁੱਪ ਕਰਕੇ ਬੈਠ ਜਾਂਦਾ ਘਰੇ। ਇਹਦਾ ਮਤਲਬ ਜਾਂ ਉਹਨਾਂ 'ਚ ਗਲਤੀ ਹੈ ਜਿਹੜੇ ਕਾਰਨ ਕਰਕੇ ਲਾਹੇ ਨੇ। ਸੋ ਗੱਲ ਬਹੁਤ ਮਾੜੀ ਹੈ ਮੇਰੇ ਖਿਆਲ, ਐਡੀ ਵੱਡੀ ਸੰਗਤ 'ਚ ਬੇਇੱਜ਼ਤੀ ਹੈ ਜਿਹੜੀ, ਬੜੀ ਵੱਡੀ ਗੱਲ ਹੈ ਕਿ ਪੁਲਿਸ, ਹਾਂ ਮੁੱਖ ਮੰਤਰੀ ਕਹਿ ਦੇ ਕਿ ਕੋਈ ਜ਼ਰੂਰੀ ਗੱਲ ਹੈ, ਕੋਈ ਗੱਲ ਨਹੀਂ, ਉਹਨਾਂ ਦੇ ਸਾਥੀ ਹੈ ਉਹ, ਮੇਰੇ ਖਿਆਲ ਉਸ ਚਾਦਰ ਸੀ, ਇੱਕ ਪੁਲਿਸ ਅਫਸਰ ਕਹਿ ਰਿਹਾ, ਇਦੂ ਤਾਂ ਬੇਇੱਜ਼ਤੀ ਕੋਈ ਹੋ ਨਹੀਂ ਸਕਦੀ। ਹਰਿਆਣੇ ਦੀ ਇਲੈਕਸ਼ਨ ਵੀ ਹੋ ਰਹੀ ਹੈ, ਤੁਸੀਂ ਵੀ ਉੱਥੇ ਇੰਚਾਰਜ ਹੋ, ਕਿਵੇਂ ਲੱਗ ਰਿਹਾ ਹਰਿਆਣੇ 'ਚ? ਹਰਿਆਣੇ 'ਚ ਬਹੁਤ ਅੱਛਾ ਮਾਹੌਲ ਹੈ, ਉੱਥੇ ਵੀ ਸੰਗਤ ਸੰਗਤਾਂ ਦੇ ਰਾਹ 'ਚ ਆਉਂਦੀ ਹੈ। ਕੋਈ ਗੱਲ ਨਹੀਂ, ਭਾਜਪਾ ਨਾਲ ਅਲੱਗ, ਭਾਜਪਾ ਨਾਲ ਜਿਹੜਾ ਸੀ, ਅਸੀਂ ਕਦੇ ਵੀ ਸਾਰੀਆਂ ਸਟੇਟਾਂ 'ਚ ਪਹਿਲਾਂ ਇਕੱਠੇ ਨਹੀਂ ਸੀ ਚੋਣ ਲੜੇ, ਅਸੀਂ ਇਹਨਾਂ ਸਟੇਟਾਂ 'ਚ ਵੱਖ ਵੱਖ ਲੜਦੇ ਰਹੇ ਸੀ। ਸਾਡਾ ਆਮ ਤੌਰ 'ਤੇ ਦਿੱਲੀ 'ਚ ਅਤੇ ਪੰਜਾਬ 'ਚ ਮੇਜਰ ਸਮਝੌਤਾ ਰਿਹਾ, ਫਿਰ ਦਿੱਲੀ ਦੀ ਅਸੈਂਬਲੀ 'ਚ ਹੋਣ ਲੱਗ ਗਿਆ, ਇੱਕ ਉਤਰਾਂਚਲ 'ਚ ਹੋਣ ਲੱਗ ਗਿਆ। ਪਿੱਛੇ ਸਿਰਫ ਪਾਰਲੀਮੈਂਟ ਵੇਲੇ ਸਾਡਾ ਤਾਲਮੇਲ ਸੀ, ਪਾਰਲੀਮੈਂਟ ਦੇ ਹਾਲਾਤ 'ਚ ਕਿ ਕਾਂਗਰਸ ਕਿਸੇ ਕੀਮਤ 'ਤੇ ਵੀ ਦੇਸ਼ ਨਾ ਆਵੇ। ਹੁਣ ਅਸੈਂਬਲੀ ਹੈ, ਅਸੈਂਬਲੀ ਦੇ ਵਿੱਚ ਸਾਡੇ ਕੋਲ ਆਪਣੇ ਵਿਚਾਰ ਵਟਾਂਦਰਾ, ਇਸ ਕਰਕੇ ਅਸੀਂ ਆਪਣੇ ਤੌਰ 'ਤੇ ਲੜ ਰਹੇ ਹਾਂ, ਉਹ ਆਪਣੇ ਤੌਰ 'ਤੇ ਲੜ ਰਹੇ ਹਾਂ। ਕੋਈ ਲੋਕ ਰਾਜ ਦੇ ਵਿੱਚ ਸਟੇਟਾਂ ਕਾਹੀਆਂ ਨੇ, ਸਟੇਟ ਨੂੰ ਖੁੱਲ੍ਹ ਹੁੰਦੀ ਹੈ ਕਿ ਉਹ ਆਪਣੇ ਲੈਵਲ 'ਤੇ ਫੈਸਲਾ ਲੈ ਸਕਦੀ ਹੈ। ਸੋ ਉਹਨਾਂ ਨੇ ਫੈਸਲਾ ਲੈ ਲਿਆ, ਕੋਈ ਅਸਰ ਨਹੀਂ, ਕੋਈ ਅਸਰ ਨਹੀਂ।